ਸਤਿ ਸ਼੍ਰੀ ਅਕਾਲ ਦੋਸਤੋ, ਹੁਣ ਤੱਕ ਦੀ ਸਭ ਤੋਂ ਵੱਡੀ ਖਬਰ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ, ਜੋ ਕਿ ਜੁੜੀ ਹੋਈ ਹੈ ਸੀਐਮ ਭਗਵੰਤ ਮਾਨ ਦੇ ਨਾਲ। ਸੀਐਮ ਭਗਵੰਤ ਮਾਨ ਨੇ ਟਵੀਟ ਕਰਦੇ ਹੋਇਆ ਕਈ ਧਿਰਾਂ ਤੇ ਨਿਸ਼ਾਨਾ ਬਿਨਿਆ। ਸੀਐਮ ਮਾਨ ਦੇ ਵੱਲੋਂ ਮੀਡੀਆ ਦੇ ਰਾਹੀਂ ਸਿਆਸੀ ਘਰਾਣਿਆਂ ਨੂੰ ਨਿਸ਼ਾਨੇ ਤੇ ਲਿਆ ਗਿਆ। ਉਹਨਾਂ ਨੇ ਸਿਆਸੀ ਪਰਿਵਾਰ ਦੇ ਨਾਲ ਸੰਬੰਧਾਂ ਤੇ ਚੋਟ ਮਾਰੀ ਹੈ। ਸੀਐਮ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ ਇੱਕ ਜ਼ੁਲਮ ਕਰਦੀ ਹੈ ਤੇ ਇੱਕ ਜ਼ੁਲਮ ਰੋਕਦੀ ਹੈ। ਤਲਵਾਰ ਤਲਵਾਰ 'ਚ ਫਰਕ ਹੁੰਦਾ ਹੈ। ਇੱਕ ਕੌਮ ਤੋਂ ਵਾਰ ਦਿੱਤੇ ਜਾਂਦੇ ਆ ਤੇ ਇੱਕ ਕੌਮ ਦੇ ਉੱਤੋਂ ਹੀ ਵਾਰ ਦਿੱਤੀ ਜਾਂਦੀ ਹੈ। ਪਰਿਵਾਰ ਪਰਿਵਾਰ 'ਚ ਫਰਕ ਹੁੰਦਾ ਹੈ। ਇੱਕ ਸਹੂਲਤਾਂ ਦਿੰਦੀ ਹੈ ਤੇ ਇੱਕ ਮਾਫੀਆ ਪਾਲਦੀ ਹੈ। ਸਰਕਾਰ ਸਰਕਾਰ 'ਚ ਫਰਕ ਹੁੰਦਾ ਹੈ। ਇੱਕ ਛਾਪਕੇ ਵਿਕਦੀ ਹੈ ਤੇ ਇੱਕ ਵਿਕੇ ਛਾਪਦੀ ਹੈ। ਅਖਬਾਰ ਅਖਬਾਰ 'ਚ ਫਰਕ ਹੁੰਦਾ ਹੈ। ਨੋਟ ਸੋ ਉਹਨਾਂ ਨੇ ਲਿਖਿਆ ਕਿ ਪੰਜਾਬ ਦੇ ਸਾਰੇ ਹਮਦਰਦ ਇਸ ਗੱਲ ਨਾਲ ਸਹਿਮਤ ਹੋਣਗੇ ਸਿਰਫ ਇੱਕ ਨੂੰ ਛੱਡ ਕੇ। ਸੋ ਹੁਣ ਦੱਸ ਦਈਏ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਸੀਐਮ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ। ਸੀਐਮ ਮਾਨ ਨੂੰ ਚੁਬਮੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ। ਉੱਥੇ ਸੀਐਮ ਮਾਨ ਦੇ ਵੱਲੋਂ ਵੀ ਕਈ ਧਿਰਾਂ ਦੇ ਉੱਤੇ ਨਿਸ਼ਾਨਾ ਬਿਨਿਆ ਗਿਆ ਇੱਕ ਟਵੀਟ ਕਰਕੇ, ਜਿਹੜੇ ਕਿ ਇਹ ਟਵੀਟ ਨੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੇ ਨੇ। ਹਾਲਾਂਕਿ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਤੇ ਵਿਕਰਮ ਮਜੀਠੀਆ ਦੇ ਵੱਲੋਂ ਵੀ ਤਿੱਖਾ ਨਿਸ਼ਾਨਾ ਸਾਧਿਆ ਗਿਆ ਸੀ। ਸ਼ਾਇਰਾਨਾ ਅੰਦਾਜ਼ ਦੇ ਵਿੱਚ ਟਵੀਟ ਕੀਤੇ ਗਏ ਸੀ ਤੇ ਉੱਥੇ ਹੀ ਸੀਐਮ ਮਾਨ ਦੇ ਵੱਲੋਂ ਇਹਨਾਂ ਟਵੀਟਾਂ ਦਾ ਜਵਾਬ ਦਿੱਤਾ ਗਿਆ ਆਪਣੇ ਹੀ ਸ਼ਾਇਰਾਨਾ ਅੰਦਾਜ਼ ਦੇ ਵਿੱਚ, ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੇ ਨੇ। ਸੋ ਦੱਸ ਦਈਏ ਕਿ ਲਗਾਤਾਰ ਵਿਰੋਧੀ ਪਾਰਟੀਆਂ ਦੇ ਵੱਲੋਂ ਸੀਐਮ ਨੂੰ ਘੇਰਿਆ ਜਾ ਰਿਹਾ ਹੈ ਅਤੇ ਅਲੱਗ ਅਲੱਗ ਵਿਸ਼ੇ ਤੇ ਸਵਾਲ ਪੁੱਛੇ ਜਾ ਰਹੇ ਨੇ। ਉੱਥੇ ਹੀ ਸੀਐਮ ਮਾਨ ਦੇ ਵੱਲੋਂ ਆਪਣੇ ਹੀ ਤਰੀਕੇ ਦੇ ਨਾਲ ਉਹਨਾਂ ਸਵਾਲਾਂ ਦਾ ਜਵਾਬ ਵੀ ਦਿੱਤਾ ਜਾ ਰਿਹਾ ਹੈ। ਇੱਕ ਤੋਂ ਬਾਅਦ ਇੱਕ ਟਵੀਟ ਕੀਤਾ ਜਾ ਰਿਹਾ ਹੈ ਅਤੇ ਜਿਹੜੀ ਸ਼ਬਦਾਵਲੀ ਜੰਗ ਹੈ ਉਹ ਜਾਰੀ ਹੈ ਟਵੀਟ ਦੇ ਉੱਤੇ। ਸੋ ਇਹ ਟਵੀਟ ਸਾਹਮਣੇ ਆਉਂਦੀ ਹੈ, ਤਸਵੀਰਾਂ ਸਾਹਮਣੇ ਆਉਂਦੀਆਂ ਨੇ। ਉਸ ਤੋਂ ਬਾਅਦ ਸੀਐਮ ਦੇ ਵੱਲੋਂ ਆਪਣੇ ਹੀ ਅੰਦਾਜ਼ ਸ਼ਾਇਰਾਨਾ ਦੇ ਵਿੱਚ ਉਹਨਾਂ ਪਾਰਟੀਆਂ ਤੇ ਨਿਸ਼ਾਨਾ ਸਾਧਿਆ ਗਿਆ। ਹੁਣ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਇਹ ਹੋਵੇਗਾ ਕਿ ਜੋ ਟਵੀਟ ਵਾਰ ਨੇ ਉਹ ਬੰਦ ਹੋਣੇ ਨੇ ਜਾਂ ਫਿਰ ਇੱਕ ਦੂਜੇ ਨੂੰ ਜਵਾਬ ਦਿੰਦੇ ਹੋਏ ਏਦਾਂ ਹੀ ਬਰਕਰਾਰ ਰਹਿਣਗੇ। ਸੋ ਦੱਸ ਦਈਏ ਕਿ ਇਹ ਟਵੀਟ ਸੀਐਮ ਮਾਨ ਦੇ ਵੱਲੋਂ ਇੱਕ ਵੱਖਰੇ ਹੀ ਅੰਦਾਜ਼ ਦੇ ਵਿੱਚ ਲਿਖਿਆ ਗਿਆ। ਸ਼ਾਇਰਾਨਾ ਅੰਦਾਜ਼ ਦੇ ਵਿੱਚ ਵਿਰੋਧੀ ਪਾਰਟੀਆਂ ਨੂੰ ਜਵਾਬ ਦਿੱਤਾ ਗਿਆ। ਸੋ ਦੇਖਣਾ ਇਹ ਹੋਵੇਗਾ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਅਗਲੇ ਕਿਹੜੇ ਤੀਰ ਛੱਡੇ ਜਾਂਦੇ ਨੇ। ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ, ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ। ਇੱਕ ਹੋਰ ਨਵੀਂ ਖਬਰ ਲੈ ਕੇ ਜਲਦ ਹੀ ਆਵਾਂਗੇ। ਉਦੋਂ ਤੱਕ ਦੇ ਲਈ ਧੰਨਵਾਦ।